ਵੇ ਮੈਂ ਉਸਿਆਂ ਪਾਵਾਂ ਕੰਧਾਂ ਤੇ ਸਜਣਾ ਮੇਰੀ ਅੱਖ ਰਹਿੰਦੀ ਏ ਤੇਰੀਆਂ ਰਾਹਾਂ ਉਹ ਥਾਂ ਸਭ ਵਸਕੇ ਉਜੜੇ ਲੱਗਦੇ ਨੇ ਹੱਬਾ ਮਿਲਦੇ ਸੀ ਜੜੀਆਂ ਧਵਾਤੇ ਛੇ ਪੈਣਾ ਆ ਦੋ ਪਰਾਇਆ ਬੂਟ ਪਾਲਸ ਦਾ ਕੰਮ ਕਰਦੇ ਮੇਰੇ ਵੀਰ ਤੇ ਪੈਣਾ ਮੇਰੀਆਂ ਸਾਰੀਆਂ ਸਮਾਨ ਦਾ ਕੰਮ ਕਰਦੀਆਂ ਨੇ ਪਿੰਡਾਂ ਚ ਮਤਲਬ ਕਿ ਸਮਾਨ ਵੇਚਦੀਆਂ ਨੇ ਫੋਨ ਫਾਨ ਤੇ ਕਾਫੀ ਆ ਰਹੇ ਸੀ ਤੇ ਮੈਸੇਜ ਕਮੈਂਡ ਵੀ ਬਹੁਤ ਜ਼ਿਆਦਾ ਆਏ ਸੀ ਕਿ ਆਡੇ ਕਰਿ ਆਓ ਰੌਣਕਾਂ ਲਾਓ ਜਿੱਦਾਂ ਕਿ ਕਾਫੀ ਮੈਂ ਤੇ ਮੈਨੂੰ ਤੇ ਪੜਨਾ ਆਉਂਦਾ ਨਹੀਂ ਸੀ ਤੇ ਬਾਕੀ ਮੇਰੇ ਘਰ ਚ ਬ੍ਰਦਰ ਪਰਦੇ ਸੀ ਉਹਨਾਂ ਤੋਂ ਮੈਂ ਉਹਨਾਂ ਨੂੰ ਪੁੱਛ ਲੈਂਦੀ ਦੋ ਮੈਨੂੰ ਦੱਸ ਦਿੰਦੇ ਹਾਂਜੀ ਦੋਸਤੋ ਪਹਿਲਾਂ ਵੀ ਇਸ ਲੜਕੀ ਦੀ ਆਪਾਂ ਇੰਟਰਵਿਊ ਕੀਤੀ ਸੀ ਔਰ ਬੜੇ ਲੋਕਾਂ ਨੇ ਸਾਨੂੰ ਕਿਹਾ ਸੀ ਕਿ ਐਮਜੀ ਟੈਲੀਕਾਸਟ ਵਾਲੇ ਇਸ ਲੜਕੀ ਦੀ ਦੁਬਾਰਾ ਵੀਡੀਓ ਕਿਉਂਕਿ ਆਵਾਜ਼ ਬਹੁਤ ਪਿਆਰੀ ਸੀ ਗਲੀਆਂ ਦੇ ਵਿੱਚ ਸਮਾਨ ਵੇਚਦੀ ਸੀ ਕੁੜੀ ਇੱਕ ਵਾਰ ਫਿਰ ਤੋਂ ਅਸੀਂ ਉਹਦੇ ਕੋਲ ਪਹੁੰਚੇ ਹਾਂ ਲੋਕਾਂ ਦੀ ਪਰਜੋਰ ਮੰਗ ਤੇ ਕਹਿ ਸਕਦੇ ਹਾਂ ਔਰ ਆਪਾਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਹਮ ਤਾਂ ਗੀਤ ਸੁਣਾ ਦਿਓ ਸਾਰੇ ਭੈਣ ਭਰਾਵਾਂ ਨੂੰ ਸ਼াশਤ੍ਰੀਕਰ ਮੇਰੇ ਵੱਲੋਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੇਰੀ ਪਿਛਲੀ ਇੰਟਰਵਿਊ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਸ ਤਰ੍ਹਾਂ ਹੀ ਮੈਨੂੰ ਸਪੋਰਟ ਕਰਿਓ ਮੈਨੂੰ ਬੋਤਾਂ ਨਾ ਸਮਝਾਓ ਤੁਸੀਂ ਇਹ ਨਾ ਚੱਕਰਾਂ ਵਿੱਚ ਨਾ ਪਾਓ ਤੁਸੀਂ ਮੈਨੂੰ ਬੋਤਾਂ ਨਾ ਸਮਝਾਓ ਤੁਸੀਂ ਇਹ ਨਾ ਚੱਕਰਾਂ ਵਿੱਚ ਨਾ ਪਾਓ ਤੁਸੀਂ ਮੇਰੇ ਲਈ ਹੁਣ ਕੋਈ ਹੋਰ ਨਹੀਂ ਹਾਏ ਮੇਰੇ ਲਈ ਹੁਣ ਕੋਈ ਹੋਰ ਨਹੀਂ ਓ ਪਿਆਰੀ ਖੁਦਾਏ ਮੈਂ ਯਾਰ ਦਾ دیਵਾਨਾ ਮੇਰਾ ਯਾਰ ਹੀ ਖੁਦਾਏ ਮੈਂ ਯਾਰ ਦਾ دیਵਾਨਾ ਮੇਰਾ ਯਾਰ ਹੀ ਖੁਦਾਏ ਮੇਰਾ ਯਾਰ ਖੁਦਾਏ اے ਦਿਲ ਦੇ ਸੋਦੇ ਨੇ ਸਜਣਾ ਹਏ ਓ ਏ ਹੋਇਆ ਬਿਨਹੀਂ ਹੋ ਜਾਂਦੇ ਹੋਏ 헤 ਦਿਲ ਦੇ ਸੋਦੇ ਨੇ ਸਜਣੋ ਏ ਹੋਇਆ ਬਿਨਹੀਂ ਹੋ ਜਾਂਦੇ ਕੁਝ ਐਸੇ ਚਿਹਰੇ ਹੁੰਦੇ ਨੇ ਜੋ ਪਹਿਲੀ ਮਿਲਣੀ ਮੋ ਜਾਂਦੇ ਕੁਝ ਐਸੇ ਚਿਹਰੇ ਹੁੰਦੇ ਨੇ ਜੋ ਪਹਿਲੀ ਮਿਲਣੀ ਮੋ ਜਾਂਦੇ ਜਦੋਂ ਦਿਲ ਨੂੰ ਦਿਲ ਨਾਲ ਜੋੜ ਦिए ਹੋਏ ਜਦੋਂ ਦਿਲ ਨੂੰ ਦਿਲ ਨਾਲ ਜੋੜ ਦੇਵੇ ਉਹ ਤਾਰ ਹੀ ਖੁਦਾਏ ਮੈਂ ਯਾਰ ਦਾ دیਵਾਨਾ ਮੇਰਾ ਯਾਰ ਹੀ ਖੁਦਾਏ ਮੈਂ ਯਾਰ ਦਾ دیਵਾਨਾ ਮੇਰਾ ਯਾਰ ਹੀ ਖੁਦਾਏ ਮੇਰਾ ਯਾਰ ਖੁਦਾਏ ਬਹੁਤ ਹੀ ਵਧੀਆ ਜੀ ਤੋਂ ਮੈਂ ਦਲਜੀਤ ਸਿੰਘ ਐਮ ਜੀ ਟੈਲੀਕਾਸਟ ਹਮੇਸ਼ਾ ਤੁਹਾਡੇ ਲਈ ਨਵਾਂ ਲੈ ਕੇ ਆਉਂਦਾ ਰਹਿੰਦਾ ਹੈ ਔਰ ਬੜੀ ਡਿਮਾਂਡ ਸੀ ਮਮਤਾ ਲੋਕੀ ਦੁਬਾਰਾ ਸੁਨਣਾ ਚਾਹੁੰਦੇ ਸੀ ਆਓ ਹੁਣ ਆਪਾਂ ਬੈਠ ਕੇ ਗੱਲਬਾਤ ਵੀ ਕਰਦੇ ਆ ਆਪਾਂ ਘਰ ਦੇ ਵਿੱਚ ਪਹੁੰਚੇ ਆ ਇਹਨਾਂ ਦੇ ਔਰ ਸ਼ੁਰੂਆਤ ਮੈਂ ਇਤੋਂ ਕਰਨਾ ਚਾਹਾਂਗਾ ਕਿ ਮੈਂ ਸੁਣਿਆ ਕਿ ਬੈਗ ਸੀ ਜਿਹੜਾ ਤੁਹਾਡੇ ਕੋਲ ਸਮਾਨ ਵੇਚਣ ਵਾਲਾ ਉਹ ਛੱਡ ਦਿੱਤਾ ਕੀ ਕਹਿਣਾ ਚਾਹੋਗੇ ਇਸ ਤੇ ਸਾਡੇ ਦਰਸ਼ਕ ਹਾਂਜੀ ਜਿਹੜਾ ਮੇਰਾ ਸਮਾਨ ਵਾਲਾ ਬੈਗ ਸੀ ਤੇ ਉਹ ਤੇ ਮੈਂ ਛੱਡਤਾ ਆ ਕਿਉਂਕਿ ਕੰਮ ਤੇ ਜਾਣੀ ਨਹੀਂ ਆ ਮੈਂ ਬਾਕੀ ਮੈਂ ਰਿਆਜ਼ ਕਰਨ ਲਈ ਜਾਣੀ ਆ ਅੱਛਾ ਜੀ ਹਾਰਮੋਨੀਅਮ ਦੇ ਕੇ ਗਏ ਨੇ ਬਾਜੀ ਜਿਨ੍ਹਾਂ ਨੇ ਮੇਰਾ ਗਾਣਾ ਕਰਾਇਆ ਆ ਅੱਛਾ ਜੀ ਗਾਣਾ ਕੰਪਲੀਟ ਹੋ ਗਿਆ ਆ ਬਾਕੀ ਹਲਨ ਨੂੰ ਹਾਂਜੀ ਟਾਈਮ ਲੱਗੇਗਾ ਥੋੜਾ ਅੱਛਾ ਜੀ ਤੇ ਗਾਣਾ ਮੇਰਾ ਹੋਇਆ ਪਿਆ ਨੇ ਬਹੁਤ ਸਾਰੇ ਦਸ਼ਕਾਂ ਨੇ ਸਾਨੂੰ ਇਹ ਡਿਮਾਂਡ ਕੀਤੀ ਸੀ ਕਿ ਇਸ ਕੁੜੀ ਦੀ ਵੀਡੀਓ ਦੁਬਾਰਾ ਇਸ ਕੁੜੀ ਦੇ ਗੀਤ ਜਿਹੜੇ ਕੋਈ ਦੁਬਾਰਾ ਸੁਣੇ ਜਾਣ ਸੋ ਮੈਂ ਇਹ ਵੀ ਪੁੱਛਣਾ ਚਾਹਾਂ ਕਿ ਸਾਡੀ ਇੰਟਰਵਿਊ ਤੋਂ ਬਾਅਦ ਐਮ ਜੀ ਟੈਲੀਕਾਸਟ ਜਦੋਂ ਇਸ ਪੈਣ ਦੇ ਕੋਲ ਪਹੁੰਚਿਆ ਮਰਾਦਪੁਰੇ ਦੇ ਵਿੱਚ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਲੋਕਾਂ ਵੱਲੋਂ ਰਿਸਪੌਂਸ ਹੈਲਪ ਕੋਈ ਫੋਨ ਵੀ ਆਇਆ ਉਸ ਦੱਸ ਸਕਦੇ ਫੋਨ ਫੋਨ ਤੇ ਕਾਫੀ ਆ ਰਹੇ ਸੀ ਤੇ ਮੈਸੇਜ ਕਮੈਂਟ ਵੀ ਬਹੁਤ ਜ਼ਿਆਦਾ ਆਏ ਸੀ ਕਿ ਸਾਡੇ ਘਰੇ ਆਓ ਰੌਣਕਾਂ ਲਾਓ ਜਿੱਦਾਂ ਕਿ ਕਾਫੀ ਮੈਂ ਤੇ ਮੈਨੂੰ ਤੇ ਪੜਨਾ ਆਉਂਦਾ ਨਹੀਂ ਸੀ ਤੇ ਬਾਕੀ ਮੇਰੇ ਘਰ ਚ ਬ੍ਰਦਰ ਪਰਦੇ ਸੀ ਉਹਨਾਂ ਤੋਂ ਮੈਂ ਉਹਨਾਂ ਨੂੰ ਪੁੱਛ ਲੈਂਦੀ ਦੋ ਮੈਨੂੰ ਦੱਸ ਦਿੰਦੇ ਇੱਕ ਨਾ ਕਿਸੇ ਨੇ ਨਾ ਕਮੈਂਟ ਬਾਕਸ ਦੇ ਵਿੱਚ ਡਿਮਾਂਡ ਕੀਤੀ ਸੀ ਪੰਜਾਬੀ ਗਾਣਾ ਤੁਸੀਂ ਪਿਛਲੇ ਇੰਟਰਵਿਊ 'ਚ ਸੁਣਾਇਆ ਸੀ ਇੱਕ ਉਹ ਤੁਸੀਂ ਹੁਣ ਸਾਡੇ ਦਿਸਟਾ ਨੂੰ ਸੁਣਾ ਸਕਦੇ ਕੁਝ ਪੁਰਾਣਾ ਗੀਤ ਸੀ ਹੁਣ ਮੈਨੂੰ ਯਾਦ ਨਹੀਂ ਆ ਵੈਸੇ ਤੁਹਾਨੂੰ ਯਾਦ ਹੈ ਕਿ ਕਿਹੜਾ ਗੀਤ ਜਿਹੜਾ ਤੁਸੀਂ ਪਹਿਲੇ ਇੰਟਰਵਿਊ 'ਚ ਗਿਆ ਸੀ ਇੱਕ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਨਹੀਂ ਮੇਰੇ ਖਾਲ ਵਿੱਚ ਜੇ ਕੋਈ ਗੀਤ ਸੀਗਾ ਹਾਂ ਅੱਖੀਆਂ ਜੱਲੀਆਂ ਸ਼ਾਇਦ ਹੀ ਤੇ ਜਾਂ ਇੱਕ ਹੋਰ ਸੀਗਾ ਟੀਜ਼ਰ ਦੇ ਵਿੱਚ ਸੀਗਾ Song ਸੋ ਪਰ ਫਿਲਹਾਲ ਉਹ ਵੀ ਆਪਾਂ ਜਰੂਰ ਸੁਣਾਗੇ ਪਰ ਫਿਲਹਾਲ ਤੁਸੀਂ ਇੱਕ ਗੀਤ ਸਾਡੇ ਦਰਸ਼ਕਾਂ ਨੂੰ ਹੋਰ ਸੁਣਾਉਗੇ ਮਾਂ ਮਰੇ ਸੋ ਪੱਕੇ ਹੀ ਮੁੱਕ ਗਏ ਤੇ ਪਿਓ ਮਰੇ ਕਰਵੇਲਾ ਹੋ ਵੀਰ ਕਿਸੇ ਦੇਣਾ ਮਰਨਿਓ ਸ਼ਾਲਾ ਉਹ ਉਜੜ ਜਾਂਦਾ ਜੇ ਮੇਲਾ ਅੱਛਾ ਜੀ ਇਹ ਇਹ ਸ਼ੇਰ ਸੁਣਾਇਆ ਸਾਡੇ ਕਿਹ ਕਿਹਦਾ ਸ਼ੇਰ ਹੈ ਕੁਝ ਦੱਸ ਸਕਦੇ ਕਿੱਥੇ ਸੁਣਿਆ ਸੀਗਾ ਇਹ ਹੁਣਾਂ ਦੇ ਵਿੱਚ ਅੱਛਾ ਤੇ ਹੁਣ ਤਾਂ ਕੀ ਕਮੈਂਟ ਆਏ ਇਸ ਤੋਂ ਇਲਾਵਾ ਕਿਸੇ ਤੋਂ ਲੁ ਮਦਦ ਵੀ ਮਿਲੀ ਕੋਈ ਕਹਿ ਸਕਦੇ ਦੱਸ ਸਕਦੇ ਨਹੀਂ ਮਦਦ ਮੁਦਦ ਤੇ ਕੋਈ ਨਹੀਂ ਮਿਲੀ ਸੀ ਬਾਕੀ ਜਿੱਥੋਂ ਮੇਰਾ ਉਹ ਉਹਨਾਂ ਨੇ ਬਾਜੀ ਨਾ ਅੱਗੇ ਗਾਣਾ ਗੁਣਾ ਕਰਾਇਆ ਸੀ ਸਿਕੁੰਦਰ ਬਾਜੀ ਨੇ ਉਹਨਾਂ ਨੇ ਮਤਲਬ ਕਿ ਹੁਣ ਇੱਕ ਗਾਣਾ ਕੰਪਲੀਟ ਕਰਾਤਾ ਰਿਕਾਰਡ ਹੋਇਆ ਪਿਆ ਵਾ ਤੇ ਡਬਿੰਗ ਵਗੈਰਾ ਸਭ ਕੁਝ ਹੋ ਗਿਆ ਨੇ ਬਾਕੀ ਉਹਨੂੰ ਰਿਲੀਜ਼ ਨਹੀਂ ਕੀਤਾ ਆ ਥੋੜਾ ਟਾਈਮ ਲੱਗੇਗਾ ਅ ਦੋਸਤੋ ਇਸ ਤੋਂ ਇਲਾਵਾ ਵੀ ਸਾਡੇ ਐਮਜੀ ਟੈਲੀਕਾਸਟ ਦੀ ਇੱਕ ਕੋਸ਼ਿਸ਼ ਇਹ ਵੀ ਹੁੰਦੀ ਆ ਕਿ ਅਸੀਂ ਜਿਸ ਤਰ੍ਹਾਂ ਕਿ ਦੁਬਾਰਾ ਇਸ ਫਨਕਾਰ ਦੇ ਕੋਲ ਕਹਿ ਸਕਦੇ ਆਪਾਂ ਪਹੁੰਚੇ ਜਿਨ੍ਹਾਂ ਦੀ ਅਸੀਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਪਹਿਲਾਂ ਜਿਸ ਤਰ੍ਹਾਂ ਕੋਈ ਮਦਦ ਨਹੀਂ ਹੋਈ ਸੀ ਤੇ ਐਮਜੀ ਟੈਲੀਕਾਸਟ ਦੀ ਇੱਕ ਕੋਸ਼ਿਸ਼ ਇਹ ਵੀ ਰਹਿੰਦੀ ਹੈ ਕਿ ਅਸੀਂ ਹੁਣ ਦੂਸਰੀ ਵਾਰ ਆਉਂਦਾ ਇਹ ਵੀ ਇੱਕ ਸਮਝਦੇ ਹਾਂ ਕਿ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕ ਦੇਖਣ ਔਰ ਇਹਨਾਂ ਦੀ ਮਦਦ ਵੀ ਹੋਵੇ ਤੁਸੀਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਖੜੇ ਆ ਤੁਸੀਂ ਘਰ ਦੇ ਹਾਲਾਤ ਵੀ ਦੇਖ ਸਕਦੇ ਔਰ ਬੜੀ ਪਿਆਰੀ ਆਵਾਜ਼ ਆ ਤੇ ਗਲੀਆਂ 'ਚ ਸਮਾਨ ਵੇਚਣਾ ਛੱਡ ਦਿੱਤਾ ਹੁਣ ਕਿਵੇਂ ਦਾ ਲੱਗ ਰਿਹਾ ਇਸ ਤੇ ਕਹਿਣਾ ਚਾਹੋਗੇ ਹੁਣ ਕੁਝ ਬਹੁਤ ਵਧੀਆ ਲੱਗ ਰਿਹਾ ਨੇ ਮੈਂ ਤੇ ਸੋਚਦੀ ਸੀ ਕਿ ਮੈਂ ਇਹ ਚੀਜ਼ ਤੋਂ ਮਤਲਬ ਕਿ ਹਾਂਜੀ ਕੰਮ ਇਹ ਜਿਹੜਾ ਕੰਮ ਕਰਦੀ ਨਾ ਸਮਾਨ ਸੂਨ ਵੇਚਣ ਵਾਲਾ ਕਾਫੀ ਟਾਈਮ ਤੋਂ ਹੀ ਮੈਂ ਸੋਚਣ ਦੀ ਸੀ ਕਿ ਇਹ ਕੰਮ ਮੈਂ ਨਾ ਕਰਾਂ ਬਾਕੀ ਹੁਣ ਮੈਂ ਇਹੋ ਹੀ ਸੋਚਿਆ ਆ ਕਿ ਜੇ ਮੈਂ ਹੁਣ ਦੁਨੀਆ ਦੇ ਵਿੱਚ ਇਹ ਕੰਮ ਕਰਨਾ ਸਟਾਰਟ ਕਰ ਹੀ ਦਿੱਤਾ ਤੇ ਮੈਂ ਹੁਣ ਕਰਕੇ ਹੀ ਸਾਂ ਲੈਣਾ ਹੈ ਅੱਛਾ ਲੋਕਾਂ ਦਾ ਕਿੰਨਾ ਕੁ ਪਿਆਰ ਵੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਸਪੋਰਟ ਮਿਲੀ ਬਹੁਤ ਪਿਆਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਹਾਂਜੀ ਤੇ ਤੁਸੀਂ ਜਦੋਂ ਸਾਡੇ ਨਾਲ ਫਿਰ ਹੁਣ ਦੁਬਾਰਾ ਕਨੈਕਟ ਹੋਇਆ ਤੇ ਅਸੀਂ ਕਿਹਾ ਕਿ ਕੁਝ ਗੀਤ ਨਵੇਂ ਸੁਣਨੇ ਨੇ ਤੁਸੀਂ ਕਿਹਾ ਕਿ ਮੇਰੇ ਕੋਲ ਬਹੁਤ ਵਧੀਆ ਗੀਤ ਆ ਹੋਰ ਫਿਰ ਕਿਹੜਾ ਹੈ ਉਹ ਵੀ ਸੁਣਾਓ ਸਾਡੇ ਦਰਸ਼ਕਾਂ ਨੂੰ ਤੇਰਾ ਪਿਆਰ ਹਫਾਦਤ ਹੈ तेरे बिना नरी पै ग सोफ़ी सुफ़ना सा साला जदो अखियां सोफ़ सुफ़ना सा साला जदूं खीके सारे माया ਤਰਕੇ ਸਾਰੇ ਮਾਇਆ ਤਰਕੇ ਸਾਰੇ ਮਾਇਆ ਤੂੰ ਸਿੱਖੇ ਲੱਗਦੇ ਸਿੱਖੇ ਲੱਗਦੇ ਐਸਾ ਰੰਗ ਇਸ਼ਕੇ ਦਾ ਚੜਿਆ ਤੇ ਬਾਕੀ ਰੰਗ ਫਿੱਕੇ ਲੱਗਦੇ ਐਸਾ ਰੰਗ ਇਸ਼ਕੇ ਦਾ ਚੜਿਆ ਤੇ ਬਾਕੀ ਰੰਗ ਫਿੱਕੇ ਲੱਗਦੇ ਐਸਾ ਰੰਗ ਇਸ਼ਕੇ ਦਾ ਚੜਿਆ ਤੇ ਬਾਕੀ ਰੰਗ ਫਿੱਕੇ ਲੱਗਦੇ ਬਹੁਤ ਹੀ ਪਿਆਰੀ ਆਵਾਜ਼ ਜੀ ਐਸਾ ਰੰਗ ਇਸਕੇ ਦਾ ਚੜਿਆ ਕਿ ਬਾਕੀ ਰੰਗ ਫਿੱਕੇ ਲੱਗਦੇ ਤੇ ਇਸ ਦੇ ਨਾਲ ਨਾਲ ਜਦੋਂ ਫਿਰ ਪਰਿਵਾਰ ਨੂੰ ਪਤਾ ਲੱਗਾ ਕਿ ਹੁਣ ਨਵਾਂ ਗੀਤ ਵੀ ਆ ਰਿਹਾ ਵਾ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੀ ਹੁਣ ਦੁਬਾਰਾ ਜਿਹੜੀ ਐ ਸਪੋਰਟ ਵੇਖਣ ਨੂੰ ਮਿਲ ਰਹੀ ਆ ਉਹਨਾਂ ਨੂੰ ਲੱਗਦਾ ਕਿ ਸਾਡੀ ਧੀ ਸਾਡਾ ਜਿਹੜਾ ਨਾਮ ਆ ਉਹ ਰੋਸ਼ਨ ਕਰੇਗੀ ਹੁਣ ਬਿਲਕੁਲ ਜੀ ਹਾਂਜੀ ਬਹੁਤ ਮਾਣ ਹੈ ਮੈਨੂੰ ਮੇਰੇ ਘਰਦਿਆਂ ਦੇ ਤੇ ਹਾਂਜੀ ਤੇ ਉਹਨਾਂ ਨੂੰ ਵੀ ਮੇਰੇ ਤੇ ਮਾਣ ਹੈ ਤੁਹਾਨੂੰ ਪਤਾ ਜੇ ਮਾਣ ਹੈ ਤੇ ਇੰਨੀ ਸਪੋਰਟ ਮਿਲੀ ਐ ਨਹੀਂ ਤਾਂ ਮੈਂ ਇੱਕਦਮ ਜਿੱਦੇ ਕਿਦਾਂ ਦੁਨੀਆ ਦੇ ਸਾਹਮਣੇ ਹੋ ਜਾਣਾ ਸੀ। ਹਾਂਜੀ। ਬਾਕੀ ਮੈਨੂੰ ਇਨਾ ਮੇਰੇ ਭੈਣ ਭਰਾਵਾਂ ਨੇ ਪਿਆਰ ਦਿੱਤਾ ਨਾ ਬਹੁਤ ਜ਼ਿਆਦਾ ਮੇਰੇ ਮੰਮੀ ਪਾਪਾ ਖੁਸ਼ ਨੇ। ਮੇਰੇ ਭੈਣ ਭਰਾ ਵੀ ਸਾਰੇ ਮੇਰੇ ਫੈਮਿਲੀ ਖੁਸ਼ ਨੇ। ਫਿਰ ਉਹ ਸਮਾਨ ਵਾਲਾ ਬੈਗ ਕਿਹਨੂੰ ਦਿੱਤਾ ਜਿਹੜਾ ਸਮਾਨ ਵੇਚਦੇ ਹੁੰਦੇ ਸੀ? ਮੇਰੀਆਂ ਦੋ ਸਿਸਟਰਾਂ ਦਾ ਦਾਦਾ ਸਮਾਨ ਦਿੱਤਾ ਉਹਨਾਂ ਨੇ। ਅੱਛਾ ਜੀ। ਹਾਂਜੀ। ਤੇ ਜਿਹੜਾ ਨਵਾਂ ਗੀਤ ਆ ਰਿਹਾ ਵਾ ਗੀਤ ਦੇ ਕੁਝ ਬੋਲ ਵੀ ਸੁਣਾ ਸਕਦੇ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਹਾਡਾ ਨਵਾਂ ਗੀਤ ਆ ਰਿਹਾ। ਹਾਂ। ਛੱਡ ਕੇ ਤੂੰ ਗਇਓ ਪਰਦੇਸ ਵੇ ਸੱਜਣਾ ਕੋਈ ਆਇਆ ਨਾ ਸੰਦੇਸ ਵੇ ਸੱਜਣਾ ਛੱਡ ਕੇ ਤੂੰ ਗਇਓ ਪਰਦੇਸ ਵੇ ਸੱਜਣਾ ਕੋਈ ਆਇਆ ਨਾ ਸੰਦੇਸ ਵੇ ਸੱਜਣਾ ਮੰਗਾ ਸੁਖ ਦੀਆਂ ਘਰਾਂ ਦਿਨ ਰਾਤ ਮੰਗਾ ਸੁਖ ਦੀਆਂ ਘਰਾਂ ਦਿਨ ਰਾਤ ਭਾਈ ਮੰਗਾ ਸੁੱਖ ਦੀਆਂ ਖੈਰਾਂ ਦੇ ਨਰਾਜ਼ ਅਸੀਂ ਪੂਰਾ ਚਲੋ ਤੁਸੀਂ ਗੀਤ ਨਹੀਂ ਸੁਣਾਇਆ ਫਿਰ ਮੈਂ ਹੁਣੇ ਸੁਣਾ ਦੂੰਗੀ ਤੇ ਫਿਰ ਹਾਂ ਮੈਂ ਸਮਝ ਲਿਆ ਇਹ esto la va ਹਮ ਤਾਂ ਮੈਂ ਕਹਿਣਾ ਚਾਹਾਂਗਾ ਕਿ ਪਰਿਵਾਰ ਨੇ ਤੇ ਸਪੋਰਟ ਕੀਤੀ ਸ਼ੌਂਕ ਵੀ ਵੱਡਾ ਪਾਲ ਲਿਆ ਕੀ ਲੱਗਦਾ ਕਿ ਗਰੀਬ ਘਰ ਦੇ ਵਿੱਚੋਂ ਉੱਠ ਕੇ ਜਿਹੜਾ ਸਮਾਜ ਆ ਸਾਡਾ ਜੇ ਵੇਖਿਆ ਜਾਵੇ ਕਿ ਬੜੇ ਪੈਸੇ ਲੱਗਦੇ ਨੇ ਸਟੂਡੀਓ ਦੇ ਵਿੱਚ ਅੱਜ ਕੱਲ ਜਦੋਂ ਕੋਈ ਸਟੇਜ ਤੇ ਗਾਉਣ ਵਾਸਤੇ ਤੁਹਾਡੇ ਕੋਲ ਸਾਰੇ ਹੋਣੇ ਚਾਹੀਦੇ ਨੇ ਲੋਕ ਹੋਣੇ ਚਾਹੀਦੇ ਨੇ ਤੁਹਾਡੇ ਕੋਲ ਸਾਜ਼ੀ ਹੋਣੇ ਚਾਹੀਦੇ ਨੇ ਤੁਹਾਨੂੰ ਲੱਗਦਾ ਕਿ ਹੁਣ ਇੰਨਾ ਪੈਸਾ ਕਿੱਥੋਂ ਆਵੇਗਾ ਲੋਕਾਂ ਨੂੰ ਕੋਈ ਅਪੀਲ ਕਿਸੇ ਨੂੰ ਕਰਨੀ ਚਾਹੋਗੇ ਕਿ ਜਾਂ ਫਿਰ ਲੱਗਦਾ ਕਿ ਜਿਹੜਾ ਗੀਤ ਆਏ ਉਹ ਪਿਆਰ ਹੀ ਇੰਨਾ ਕਿ ਮਿਲੇ ਕਿ ਮੈਂ ਉਹਨੇ ਜੋਗੀ ਹੋ ਜਾਵਾਂ ਕਿ ਮੈਂ ਖੁਦ ਹੀ ਸਾਰਾ ਕੁਝ ਕੀ ਇਸਤੇ ਕੁਝ ਹੈ ਕੁਝ ਮੈਂ ਜੇ ਗੱਲ ਕੀਤੀ ਜਾਵੇ ਕਿ ਸ਼ੌਂਕ ਵੱਡਾ ਪਾਲ ਲਿਆ ਆ ਆਪਾਂ ਔਰ ਇਸਤੇ ਕੀ ਕਹਿਣਾ ਚਾਹੋਗੇ ਤੁਸੀਂ ਮੇਰਾ ਚੈਨਲ ਜੀ ਹੁਣੇ ਬਣਾਇਆ ਥੋੜਾ ਜਿਹਾ ਟਾਈਮ ਹੋ ਗਿਆ ਨੇ ਤੇ ਮੰਨਤ ਕੌਰ ਹਾਂਜੀ ਆ ਮੇਰਾ ਲਿੰਕ ਆ ਹਾਂਜੀ ਉਹਦਾ ਮੰਨਤ ਕੌਰ ਹਾਂਜੀ ਠੀਕ ਹੈ ਜੀ ਮੇਰੇ ਲਿੰਕ ਤੇ ਇਹਦੇ ਤੇ ਮੇਰੀ ਆ ਵੀਡੀਓ ਤੇ ਇਹਦੇ ਤੇ ਹੀ ਮੇਰਾ ਗਾਣਾ ਆਏਗਾ ਮੈਂ ਤੇ ਇਹੋ ਕਹਿਨੀ ਆ ਕਿ ਜਿੰਨੇ ਮੇਰੇ ਭੈਣ ਭਰਾ ਮੇਰੇ ਗਾਣ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਲਾਈਕ ਕਰੋ ਕਿਉਂਕਿ ਮੈਨੂੰ ਜੇ ਰੱਬ ਬਚਾਊਗਾ ਤੇ ਉੱਚੋ ਹੀ ਹੋ ਜਾਊਗਾ ਨਹੀਂ ਤੇ ਤੁਹਾਨੂੰ ਪਤਾ ਆ ਫਿਰ ਕਿਸੇ ਨੂੰ ਕੀ ਕਹਿ ਸਕਦੇ ਬੈਠੇ ਆ ਤੇ ਇਸ ਤੋਂ ਇਲਾਵਾ ਕੋਈ ਪੋਸਟਰ ਵੀ ਹੈਗਾ ਗਾਣੇ ਦਾ ਕੋਈ ਰਿਲੀਜ਼ ਕਰਨ ਦੇ ਲਈ ਜਾਂ ਬਣਾਇਆ ਕੋਈ ਪੋਸਟਰ ਵਗੈਰਾ ਨਹੀਂ ਪੋਸਟਰ ਹਲੇ ਤੱਕ ਨਹੀਂ ਬਣਾਇਆ ਕਿਉਂਕਿ ਥੋੜਾ ਹੀ ਹੋ ਗਏ 10 ਦਿਨ ਹੋ ਗਏ ਮੈਨੂੰ ਗਾਣਾ ਉਹਨਾਂ ਨੇ ਮਤਲਬ ਕਿ ਪੂਰਾ ਰੈਡੀ ਕਰਕੇ ਭੇਜਿਆ ਸੀ ਤੇ ਬਾਕੀ ਉਹਦਾ ਪੋਸਟਰ ਪੋਸਟਰ ਨਹੀਂ ਬਣਿਆ ਆ ਬਣ ਜਾਏਗਾ ਬਹੁਤ ਜਲਦੀ ਮੇਰੇ ਖੁਦਾ ਨੇ ਬਣਾ ਦੇਣਾ ਨੇ ਹਾਂਜੀ ਦੋਸਤੋ ਜਦੋਂ ਅਸੀਂ ਪਹਿਲਾਂ ਇਸ ਕੁੜੀ ਦੀ ਇੰਟਰਵਿਊ ਕੀਤੀ ਸੀ ਗਲੀਆਂ 'ਚ ਸਮਾਨ ਵੇਚ ਰਹੀ ਸੀ ਇੱਕ ਕੁੜੀ ਜਦੋਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਇੰਟਰਵਿਊ ਵਿਖਾਈ ਤੇ 15 ਲੱਖ ਲੋਕਾਂ ਨੇ ਉਸ ਇੰਟਰਵਿਊ ਨੂੰ ਪਿਆਰ ਦਿੱਤਾ ਸੀ ਉਸ ਆਵਾਜ਼ ਨੂੰ ਪਿਆਰ ਦਿੱਤਾ ਸੀ ਐਮਜੀ ਟੈਲੀਕਾਮ ਤੇ ਕੁਝ ਲੋਕਾਂ ਨੇ ਕੁਝ ਲੋਕਾਂ ਨੇ ਦੁਬਾਰਾ ਕੁਝ ਲੋਕਾਂ ਨੇ ਦੁਬਾਰਾ ਆਉਣ ਲਈ ਜਿਹੜਾ ਕਿਹਾ ਸੀ ਸਾਨੂੰ ਤੇ ਉਹ ਗੀਤ ਹੈਗਾ ਸੀ ਬਾਗੋ ਬਾਗ ਹੋਏ ਸੋਨੇ ਯਾਰ ਵੱਲੋਂ ਸੋ ਦਰਸ਼ਕਾਂ ਦੀ ਇਸ ਡਿਮਾਂਡ ਤੇ ਉਹ ਗੀਤ ਜਿਹੜਾ ਦੁਬਾਰਾ ਸੁਣਾ ਸਕਦੇ ਸਾਡੇ ਜਰੂਰ ਜੀ ਜਰੂਰ ਸੁਣਾ ਦਿਓ ਜੀ ਸਾਡੇ ਦਰਸ਼ਕਾਂ ਨੂੰ ਹੂੰ ਬਾਗੋ ਬਾਗ ਹੋਏ ਸੋਨੇ ਯਾਰ ਵੱਲਾਂ ਨਿੰਬੂ ਘਟਾ ਤੇ ਮਠੀਆਂ ਆ ਵੇਰੀਆਂ ਨੇ ਉਸ ਜਗਾਂ ਨੂੰ ਰਖੀਐ ਸਮਲ ਮਈਆ ਅੱਖਾਂ ਲੱਗੀਆਂ ਤੇਰੀਆਂ ਮੇਰੀਆਂ ਨੇ ਅੱਖਾਂ ਤੇਰੀਆਂ ਨੂੰ ਮੈਂ ਕਿਉਂ ਲਾਵਾਂ ਅਸੀਂ ਐਵੇਂ ਪਰਦੇਸੀ ਹੋਏ ਸੱਜਣਾ ਜ਼ਿੰਦੇ ਰਵਾਂਗੇ ਤਾਂ ਮਿਲਾਂਗੇ ਲਖਵਾਰੀ ਮਰ ਗਏ ਤਾਂ ਦਿਲੋਂ ਪੁਲਾਵੀਨਾ ਬਹੁਤ ਹੀ ਪਿਆਰੀ ਆਵਾਜ਼ ਤੇ ਮੈਂ ਇਸ ਤੋਂ ਲਾ ਮੈਂ ਗੱਲ ਕਰਨੀ ਚਾਹੁੰਗਾ ਕਿ ਇੰਨਾ ਪਿਆਰ ਮਿਲਿਆ ਇਸ ਇੰਟਰਵਿਊ ਨੂੰ ਲੋਕਾਂ ਨੇ ਪਿਆਰ ਦਿੱਤਾ ਐਮ ਜੀ ਟੈਲੀਕਾਸਟ ਦੁਬਾਰਾ ਤੁਹਾਡੇ ਕੋਲ ਪਹੁੰਚਿਆ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਵਾਂਗਾ ਕਿ ਇੰਸਟਾਗ੍ਰam ਤੇ ਵੀ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਜੇ ਮਮਤਾ ਕੌਰ ਆਈਡੀ ਹੈ ਜੀ ਇੰਸਟਾਗ੍ਰam ਤੇ ਤੁਸੀਂ ਫੋਲੋ ਕਰ ਸਕਦੇ ਸੋਸ਼ਲ ਮੀਡੀਆ ਤੇ ਮੰਨਤ ਕੌਰ ਮੰਨਤ ਕੌਰ ਨਾਮ ਦੀ ਆਈਡੀ ਔਰ ਸੋਸ਼ਲ ਮੀਡੀਆ ਤੇ ਵੀ ਇਹਨਾਂ ਦਾ ਮੰਨਤ ਕੌਰ ਨਾਮ ਦਾ ਫੇਸਬੁੱਕ ਤੇ ਵੀ ਪੇਜ ਹੈ ਉਸ ਨੂੰ ਵੀ ਤੁਸੀਂ ਜਰੂਰ ਇਹਨਾਂ ਦੇ ਚੈਨਲ ਨੂੰ YouTube ਦੇ ਚੈਨਲ ਨੂੰ ਫੋਲੋ ਕਰਿਓ ਜਿਸ ਤੇ ਜਿਹੜਾ ਗੀਤ ਵੀ ਇਹਨਾਂ ਦਾ ਆ ਰਿਹਾ ਹੈ ਔਰ ਕਿਉਂਕਿ ਸਮਾਂ ਦੀ ਡਿਮਾਂਡ ਆ ਲੋਕਾਂ ਨੂੰ ਇਹਨਾਂ ਦੀ ਆਵਾਜ਼ ਪਿਆਰੀ ਲੱਗੀ ਆ ਇਸ ਲਈ ਗੀਤ ਇੱਕ ਹੋਰ ਸਾਡੇ ਦਰਸ਼ਕਾਂ ਦੇ ਲਈ ਨੀ ਸੋਨੀਆਂ ਔਖੀਆਂ ਨੇ ਰਾਵਾਂ ਸਾਡੇ ਪਿਆਰ ਦੀਆਂ ਨੇ ਸੋਨਿਏ ਓਖੀਆਂ ਨੇ ਰਾਵਾਂ ਸਾਡੇ ਪਿਆਰ ਦੀਆਂ ਦੇਖ ਕੇ ਨੇ ਹੁਣ ਮੈਨੂੰ ਥਾੜ ਦੇ ਸ਼ਰੀਕ ਨੇ ਪਿਆਰ ਤੇਰਾ ਮਿਲੇ ਆਏ ਰੋਣ ਨਾ ਨਸੀਬ ਵੇ ਪਿਆਰ ਤੇਰਾ ਮਿਲੇ ਆਏ ਰੋਣ ਨਾ ਨਸੀਬ ਵੇ ਤੇਰੀ ਪਲ-ਪਲਿਆ ਸਤਾਵੇ ਤੇਰੀ ਪਲ-ਪਲਿਆ ਸਤਾਵੇ ਮੈਨੂੰ ਇੱਕ ਪਲ ਚੈ ਨਾ ਆਵੇ ਜਦੋਂ ਯਾਦ ਜਰਾਨ ਦਿਆਵੇਨੀ ਸੋਣੀਏ ਔਖੀਆਂ ਨੇ ਰਾਵਾਂ ਸਾਡੇ ਪਿਆਰ ਦੀਆਂ ਸੋਣੀਏ ਔਖੀਆਂ ਨੇ ਰਾਵਾਂ ਸਾਡੇ ਪਿਆਰ ਦੀਆਂ ਔਖੀਆਂ ਨੇ ਰਾਵਾਂ ਸਾਡੇ ਪਿਆਰ ਦੇ ਆ ਬੜਾ ਪਿਆਰਾ Song ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣੀ ਚਾ ਚਾਹਾਂਗਾ ਕਿ ਗਰੀਬ ਪਰਿਵਾਰ ਇਹ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਮਮਤਾ ਔਰ ਕਿਸ ਤਰ੍ਹਾਂ ਦੇ ਨਾਲ ਪਰਿਵਾਰ ਦਾ ਜੋ ਗੁਜ਼ਾਰਾ ਚੱਲਦਾ ਹੈ ਕੁਝ ਦੱਸਣਾ ਚਾਹੋਗੇ 6 ਭੈਣਾਂ ਆ 2 ਭਰਾ ਆ ਬੂਟਪਾਲਸ ਦਾ ਕੰਮ ਕਰਦੇ ਮੇਰੇ ਵੀਰ ਤੇ ਭੈਣਾਂ ਮੇਰੀਆਂ ਸਾਰੀਆਂ ਸਮਾਨ ਦਾ ਕੰਮ ਕਰਦੀਆਂ ਨੇ ਪਿੰਡਾਂ 'ਚ ਮਤਲਬ ਕਿ ਸਮਾਨ ਵੇਚਦੀਆਂ ਨੇ ਹੋ ਆਜੋ ਵੀਰ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰੋਗੇ ਕੋਈ ਤੁਹਾਡੇ ਇਹਨਾਂ ਦੇ ਭੈਣ ਆਏ ਨੇ ਠੀਕ ਹੈ ਆ ਤੁਹਾਡੇ ਭੈਣ ਦੀ ਆਵਾਜ਼ ਇੰਨੀ ਵਧੀਆ ਲੋਕ ਇੰਨਾ ਪਿਆਰ ਕਰਦੇ ਇੱਧਰ ਆਜੋ ਐਦਾਂ ਬੈਗ ਨਾਲ ਹੀ ਲੈ ਕੇ ਆਜੋ ਕੋਈ ਨਹੀਂ ਬੈਗ ਨਾਲ ਲੈ ਕੇ ਆਜੋ ਔਰ ਐਮ ਜੀ ਟੈਲੀਕਾਸਟ ਦੇਖ ਰਹੇ ਦਸਕਾ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਆ ਅਸੀਂ ਲੋਕਾਂ ਤੱਕ ਪਹੁੰਚਦੇ ਆਜੋ ਆਜੋ ਕੋਈ ਗੱਲ ਨਹੀਂ ਆਜੋ ਅਸੀਂ ਨਾ ਬੋਲਿਓ ਕੁਝ ਅਸੀਂ ਲੋਕਾਂ ਤੱਕ ਪਹੁੰਚਦੇ ਆ ਸਾਡੀ ਕੋਸ਼ਿਸ਼ ਦੀ ਔਰ ਅੱਜ ਤੁਹਾਨੂੰ ਮੈਂ ਮੰਨਦੀ ਭੈਣ ਦੇ ਨਾਲ ਵੀ ਮਨਾਵਾਗਾ ਮਲਾਵਾਗਾ ਜੀ ਹਾਂਜੀ ਇਹ ਇਸ ਤਰ੍ਹਾਂ ਦਾ ਬੈਗ ਲੈ ਕੇ ਪਹਿਲਾਂ ਜਾਂਦੇ ਹੁੰਦੇ ਸੀਗੇ ਗਲੀਆਂ ਦੇ ਵਿੱਚ ਸਮਾਨ ਵਿੱਚ ਔਰ ਦੱਸਣਾ ਭੈਣ ਦੀ ਆਵਾਜ਼ ਇੰਨੀ ਪਿਆਰੀ ਹੈ ਕਹਿੰਦੇ ਕੁਝ ਬੋਲਣਾ ਨਹੀਂ ਚਲੋ ਕੋਈ ਗੱਲ ਨਹੀਂ ਤੇ ਮੈਂ ਤਾਂ ਹੋਰ ਵੈਸੇ ਸਿੰਗਰ ਕਿਹੜੇ ਦੇ ਗੀਤ ਤੁਹਾਨੂੰ ਜਿਆਦਾ ਵਧੀਆ ਲੱਗਦੇ ਨੇ ਮੈਨੂੰ ਤੇ ਸੂਫੀ ਪਸੰਦ ਨੇ ਜਿੱਦਾਂ ਕਿ ਕਵਾਲੀਆਂ ਚੋ ਜੋਤੀ ਨੂਰਾ ਹਾਂਜੀ ਤੇ ਇਦਾਂ ਮਤਲਬ ਕਿ ਹੋਰ ਨਸੀਬੋ ਨਸੀਬੋ ਅੱਛਾ ਜੀ ਨਸੀਬੋ ਦਾ ਕੋਈ ਸੁਣਾ ਸਕਦੇ ਜੇ ਗੀਤ ਕਹਿ ਰਹੇ ਤੁਸੀਂ ਨਸੀਬੋ ਜੀ ਦਾ ਕੋਈ ਜਿਆਦਾ ਫੇਵਰੇਟ ਮੇਰੀ ਅਫਸਾਨਾ ਹੈ ਅਫਸਾਨਾ ਹੈ ਤੇ ਉਹਨਾਂ ਦਾ ਸੁਣਾ ਦਿਓ ਹਾਂਜੀ ਅਫਸਾਨਾ ਸੁਣਾ ਦਿਓ ਹੇ ਜੋੜਾ ਚੰਦੀ ਵਾਲਾ ਜੋੜਾ ਏ ਜੋੜਾ ਚੰਦੀ ਵਾਲਾ ਜੋੜਾ ਤੇਰਾ ਦਿੱਤਾ ਜੋੜਾ ਦੱਸ ਕਿਦਾਂ ਮੋੜਾਂ ਸਾਡਾ ਕੀਤਾ ਨਾਲ ਹਜਵੇ ਤੂੰ ਥੋੜਾ ਵੇ ਆਸ਼ਿਕ ਬਨੋਂਨ ਵਾਲਿਆ ਵੇ ਮਿੱਟੀ ਜਰਲੋਂਨ ਵਾਲਿਆ ਵੇ ਆਸ਼ਿਕ ਬਣਾਉਣ ਵਾਲਿਆ ਵੇ ਮਿੱਟੀ ਚਿਰਲੋਣੇ ਵਾਲਿਆ ਏ ਜੋ ਨਾ ਚੰਦੀ ਵਾਲਾ ਜੋੜਾ ਓ ਹੋ ਇਕ ਦੇ ਨਹੀਂ ਕਦੇ ਟਿਕਦੇ ਨਹੀਂ ਸਾਨੂੰ ਕੀ ਸਮਝਦੇ ਅਸੀਂ ਵਿਕਦੇ ਨਹੀਂ ਸਾਤਨਾ ਛੋੜੇਗੀ ਤੇਰੀ ਬਦਨਾ ਮੀਆਂ ਸਾਤਨਾ ਛੋੜੇਗੀ ਤੇਰੀ ਬਦਨਾ ਮੀਆਂ ਸਾਤਨਾ ਛੋੜੇਗੀ ਤੇਰੀ ਬਦਨਾ ਮੀਆਂ ਤੇਰਾ ਨਾਮ ਸੀ ਮੈਂ ਕੋ ਬਸ ਰਟਿਆ ਬਦਨਾਮੀ ਤੋਂ ਸਵਾਨਾ ਕੁਝ ਖੱਡਿਆਂ ਵੇ ਸੀਨੇ ਅਗ ਲਾਉਣ ਵਾਲਿਆ ਵੇ ਮਿੱਟੀ ਜਰ ਲਾਉਣ ਵਾਲਿਆ ਬਹੁਤ ਹੀ ਪਿਆਰੀ ਆਵਾਜ਼ ਜੀ ਸੋ ਜਿੰਨੇ ਵੀ ਮੇਰੇ ਨਾਲ ਆ ਸਾਰੇ ਵੇਖ ਰਹੇ ਨੇ ਸੁਣ ਰਹੇ ਨੇ ਮਮਤਾ ਦੇ ਪਰਿਵਾਰ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਇੱਥੇ ਆਓ ਥੋੜਾ ਜਿਹਾ ਲੱਗ ਕੇ ਆਓ ਤਰ ਮੈਂ ਇਹਨਾਂ ਦੇ ਨਾਲ ਵੀ ਇੱਕ ਅੰਧੋਈ ਗੱਲਬਾਤ ਕਰਾਂਗਾ ਕਿ ਤੁਹਾਨੂੰ ਲੱਗਦਾ ਕੁੜੀ ਦੀ ਆਵਾਜ਼ ਇੰਨੀ ਪਿਆਰੀ ਹੈ ਲੋਕ ਇੰਨਾ ਪਿਆਰ ਕਰਦੇ ਤੁਸੀਂ ਵੀ ਕੋਈ ਦੁਮਾਵਾਂ ਦੇ ਵਿੱਚ ਕੋਈ ਗੱਲਬਾਤ ਕਹਿ ਸਕਦੇ ਜੀ ਬੋਲੋ ਕੁਝ ਹਾਂ ਜੀ ਸੰਗਦੇ ਨੇ ਸਾਰੇ ਸਾਰੇ ਸੰਗਦੇ ਹਨ ਹਾਂਜੀ ਵਧੀਆ ਲੱਗਦੀ ਆਵਾਜ਼ ਇਹਦੀ ਹਾਂ ਸੋਹਣੀ ਆਵਾਜ਼ ਤਾਂ ਸੋਹਣੀ ਆਵਾਜ਼ ਹਾਂਜੀ ਸੋ ਇਹਨਾਂ ਨੇ ਦੱਸਿਆ ਕਿ ਸੂਫੀ ਗਾਇਕੀ ਪਸੰਦ ਆ ਸੂਫੀ ਗਾਉਣਾ ਪਸੰਦ ਆ ਔਰ ਲੋਕਾਂ ਦੀ ਪਰਜੋਰ ਮੰਗ ਤੇ ਅਸੀਂ ਦੁਬਾਰਾ ਪਹੁੰਚੇ ਸੀ ਆਸ ਕਰਦੇ ਹਾਂ ਵਧੀਆ ਲੱਗਾ ਹੋਵੇ ਔਰ ਇਸ ਤੋਂ ਇਲਾਵਾ ਇਹਨਾਂ ਨੇ ਦੱਸਿਆ ਕਿ ਜੋਤੀ ਨੂਰਾਂ ਦੀ ਮੈਨੂੰ ਪਸੰਦ ਆ ਕਵਾਲੀਆਂ ਫਿਰ ਉਹਨਾਂ ਦੀ ਵੀ ਜਰੂਰ ਇਹਨਾਂ ਕੋ ਸੁਣਦੇ ਆ ਹਾਂਜੀ ਜੋਤੀ ਨੂਰਾਂ ਦਾ ਕੋਈ ਸੁਣਾਓ ਸਾਡੇ ਦਰਸ਼ਕਾਂ ਨੂੰ ਉਸ ਦਿਨ ਮੈਂ ਥੋੜੀ ਸੁਣਾਇਸੀ ਪਰ ਅੱਜ ਹਾਂਜੀ ਅੱਧੀ ਸੁਣਾ ਦੂੰਗੀ ਨਹੀਂ ਪੂਰੀ ਸੁਣਾ ਦੇਉਗੀ ਵੇ ਮੈਂ ਉਸਿਆਂ ਪਾਵਾਂ ਕੰਧਾ ਤੇ ਸਜਣਾ ਮੇਰੀ ਅੱਖ ਰਹਿੰਦੀ ਏ ਤੇਰੀਆਂ ਰਾਹਾਂ ਉਹ ਥਾਂ ਸਭ ਵਸ ਕੇ ਉਜੜੇ ਲੱਗਦੇ ਨੇ ਹਾ ਭਾਵੇਂ ਦੇਸੀ ਜੜੀਆਂ ਧਵਾਤੇ ਭਾਵੇਂ ਪੋਟਾ ਪੋਟਾ ਚੜੋਂ ਮੈਨੂੰ ਯਾਰ ਦੀ ਬਲੀ ਭਾਵੇਂ ਪੋਟਾ ਪੋਟਾ ਚੜੋਂ ਮੈਨੂੰ ਯਾਰ ਦੀ ਬਲੀ ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਨੇ ਯਾਰ ਦੀ ਗਲੀ ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਨੇ ਯਾਰ ਦੀ ਗਲੀ ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਨੇ ਯਾਰ ਦੀ ਗਲੀ ਜਿਪ ਭਾਵੇਂ ਮੇਰੇ ਖੁਰੀਆਂ ਜੜਾ ਦੇ ਇੱਕ ਵਾਰੀ ਮੱਥਾ ਬਰੂਹਾਂ ਨਾ ਲਵਾ ਦੇ ਪੈਰਾ ਵਿੱਚ ਭਾਵੇਂ ਮੇਰੇ ਖੁਰੀਆਂ ਜੜਾ ਦੇ ਇੱਕ ਵਾਰੀ ਮੱਥਾ ਬਰੂਹਾਂ ਨਾ ਲਵਾ ਦੇ ਬਰੂਹਾਂ ਨਾ ਲਵਾ ਦੇ ਭਾਵੇਂ ਜ਼ਿੰਦ ਮੇਰੀ ਬਣੇ ਖੁੜਵੋਂਦੀ ਡਲੀ ਭਾਵੇਂ ਜ਼ਿੰਦ ਮੇਰੀ ਬੜੇ ਖੁੜਵੋਂਦੀ ਜੜਡਲੀ ਜੰਨੋ ਕਹਿੰਦੀ ਮੈਂ ਤਾਂ ਜਾਣਾ ਸੋਹਣੇ ਯਾਰ ਦੀ ਗਲੀ ਚੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਹਣੇ ਯਾਰ ਦੀ ਗਲੀ ਕੀ ਬਾਤ ਹੈ ਜੀ ਬੜਾ ਵਧੀਆ ਸੋਰ ਵੀ ਲਾਇਆ ਤੇ ਮੈਂ ਆਸ ਕਰਦਾ ਆਪਣੇ ਦਰਸ਼ਕਾਂ ਦੀ ਜੋ ਡਿਮਾਂਡ ਸੀ ਅਸੀਂ ਪੂਰੀ ਕੀਤੀ ਹੁਣ ਤੁਸੀਂ ਵੀ ਜੇਕਰ ਫਾਈਨੈਂਸ਼ਲੀ ਕੋਈ ਮਦਦ ਨਹੀਂ ਕਰ ਸਕਦੇ ਤਾਂ ਤੁਹਾਡੇ ਕੋਲ ਪਰਮਾਤਮਾ ਨੇ ਇੱਕ ਸੋਸ਼ਲ ਮੀਡੀਆ ਤੇ ਇੱਕ ਆਈਡੀ ਦਿੱਤੀ ਹੋਈ ਆ ਤੁਸੀਂ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਕੁੜੀ ਨੂੰ ਹੋਰ ਵੀ ਜ਼ਿਆਦਾ ਪਿਆਰ ਮਿਲ ਸਕਦੇ ਇਹਨਾਂ ਦੀ ਆਵਾਜ਼ ਨੂੰ ਹੋਰ ਵੀ ਜ਼ਿਆਦਾ ਲੋਕ ਸੁਣਨ ਔਰ ਇਹਨਾਂ ਦੀ ਆਵਾਜ਼ ਨੂੰ ਸੁਣ ਕੇ ਇਹਨਾਂ ਦੀ ਜਿਹੜੀ ਆ ਕਿਸੇ ਨਾ ਕਿਸੇ ਹੁਣ ਜਿਸ ਤਰ੍ਹਾਂ ਨਵੇਂ ਗੀਤ ਆ ਰਹੇ ਉਸ ਨੂੰ ਵੀ ਤੁਸੀਂ ਜ਼ਰੂਰ ਪਿਆਰ ਦਿਓ ਔਰ ਮੈਂ ਇਹਨਾਂ ਦੇ ਪੇਜ ਬਾਰੇ ਦੱਸਿਆ ਸੀਗਾ ਕਿ ਮੰਨਤ ਕੌਰ ਦੇ ਨਾਮ ਤੋਂ ਪੇਜ ਆ ਜਿਸ ਤੇ ਉਹ ਸੌਂਗ ਆਏਗਾ ਆਸ ਕਰਦੇ ਹਾਂ ਕੋਈ ਜਨਤਵਿਚ ਦਰਸ਼ਕਾਂ ਨੂੰ ਕਹਿਣਾ ਚਾਹੂਗਾ ਮੈਂ ਤਾਂ ਬੱਤੋ ਬੱਤ ਸ਼ੇਅਰ ਲਾਈਕ ਕਮੈਂਟ ਕਰਿਓ ਤੇ ਤੁਹਾਡੀਆਂ ਸਪੋਕਟਾਂ ਨਾਲ ਹੀ ਆਪਾਂ ਕੁਝ ਕਰ ਸਕਦੇ ਆ ਤੁਹਾਡੇ ਤੋਂ ਬਿਨਾ ਆਪਾਂ ਕੁਝ ਨਹੀਂ ਆ ਹੱਥ ਜੋੜ ਕੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਤੁਹਾਡੇ ਗਾੜੀ ਠੀਕ ਆ ਜੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਆਸ ਕਰਦੇ ਆ ਸਾਡੀ ਅੱਜ ਦੀ ਇਹ ਦੂਸਰੀ ਵਾਰ ਅਸੀਂ ਇਹਨਾਂ ਦੇ ਕੋਲ ਪਹੁੰਚੇ ਇੰਟਰਵਿਊ ਜਿਹੜੀ ਆ ਉਹ ਵਧੀਆ ਲੱਗੀ ਹੋਵੇਗੀ ਐਮ ਜੀ ਟੈਲੀਕਾਸਟ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਐਮ ਜੀ ਟੈਲੀਕਾਸਟ ਹਮੇਸ਼ਾ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦਾ ਰਹਿੰਦਾ ਹੈ ਪਹੁੰਚਾਵੇਗਾ ਅਸੀਂ ਹੋਰ ਵੀ ਨਵੀਆਂ ਇੰਟਰਵਿਊ ਤੁਹਾਡੇ ਲਈ ਲੈ ਕੇ ਆਵਾਂਗੇ ਬਣੇ ਰਹੋ ਜੀ ਸਾਡੇ ਨਾਲ ਕੈਮਰਾਮੈਨ ਗੁਰਪ੍ਰੀਤ ਸਿੰਘ ਗੋਪੀ ਦੇ ਨਾਲ ਮੈਂ ਦਰਜੀਤ ਸਿੰਘ ਐਮ ਜੀ ਟੈਲੀਕਾਸਟ ਤਰਨਤਾਰਨ